ਅਸੀਂ ਨਹੀਂ ਪਾਈ ਕੋਈ। ਠੀਕ ਠੀਕ ਉਹ ਫਿਰ ਕਿਸੇ ਹੋਰ ਨੇ ਪਾਈ ਹੋਣੀ ਆ। ਤੇ ਮਤਲਬ ਕਰਨਾ ਚਾਹੁੰਦੇ ਨੌਕਰੀ ਤੁਹਾਡੀ ਅਗਲੇ ਮਹੀਨੇ ਦੀ ਡੇਟ ਪਾਈ ਆ ਤੇ ਇੰਟਰਵਿਊ ਤੁਹਾਡਾ ਅਗਲੇ ਮਹੀਨੇ 10 ਤਰੀਕ ਨੂੰ। Well, so what's up guys, I'm Vlogs back here. ਹੈਲੋ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਕਰਦਾ ਹਾਂ ਮੈਂ ਆਪਣੇ YouTube ਚੈਨਲ ਦੇ ਸਾਹ ਚੜ੍ਹਾ ਯਾਰ ਭੱਜਦਾ ਹਾਂ ਮੈਂ ਉੱਥੋਂ ਆਪਣੇ ਘਰ ਤੋਂ। ਅਤੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਆ ਅਤੇ ਜੇ ਨਹੀਂ ਪਤਾ ਸਬਸਕ੍ਰਾਈਬ ਕਰਕੇ ਤਾਂ ਪਤਾ ਕਰ ਲਓ। ਅਤੇ ਅੱਜ ਇਸ ਵਲੌਗ ਦੇ ਚੇਂਜ ਕਰਨ ਵਾਲੇ ਹਾਂ ਪ੍ਰੈਂਕ। ਲਾਓ ਫਿਰ ਫੋਨ, ਚੱਲ ਤੂੰ ਬੋਲ। ਮੈਂ ਪਹਿਲਾਂ ਫੋਨ ਨਹੀਂ ਲੱਗਾ, ਦੂਜਾ ਤਾਂ ਇਹ ਲਾਉਣ। ਹੈਲੋ ਭਾਅ ਜੀ, ਕਿੱਥੋਂ ਬੋਲਦੇ? ਕਿੱਥੋਂ ਬੋਲਦੇ? ਦਿੱਲੀ ਤੋਂ। ਤੇ ਭਾਅ ਜੀ ਕੰਮ 'ਚ ਇੱਕ ਲੱਭਾ ਸੀ, ਤੁਸੀਂ ਨੈੱਟ 'ਤੇ ਫੋਟੋ ਪਾਈ ਸੀ, ਉਹ ਡੀ ਜਿਆਂ ਵਾਲਾ ਕੰਮ ਸੀ ਅਤੇ ਪੈਸੇ ਬੋਹੇ ਚੁੱਕ ਪੈਸੇ ਚੁੱਕਣੇ ਸੀ। ਮੋਡਲਿੰਗ ਵਾਲਾ ਨੇ ਫਿਰ ਮੰਨਣਾ ਸੀਗਾ। ਚੱਲ ਹੋਰ ਕੋਈ ਹੋਊਗਾ, ਚੱਲ ਕੋਈ ਹੋਰ ਕੱਢ ਨੰਬਰ। ਚੱਲ ਚੱਲ ਗਈ ਬੈਲ ਗਈ। ਮੇਰੀ ਵਾਰ ਪਛਾਣ ਜਾਣੀ ਓਏ, ਚੁੱਕ ਲਈ। ਕੀ ਕਹਿਣਾ ਇਹਨੂੰ? ਇਹਨੂੰ ਕਹਿਣਾ ਤੁਹਾਡੇ ਵਾਸਤੇ ਪੈਟਰੋਲ ਪੰਪ 'ਤੇ ਕੰਮ ਨਿਕਲਿਆ ਜੀ, ਕੱਢ ਦੇ। ਕੰਮ ਮਾੜਾ ਹੀ ਆ। ਤੂੰ ਦੱਸ ਐਂ ਵੀ ਭਰਾ ਭਰਾ ਨਾਲ ਉਹਦਾ ਘਰੇ ਹੀ ਹੋਣਾ ਵਾ। ਤੂੰ ਦੱਸ ਹੁਣ, ਇੱਕ ਨੇ ਹਿੰਦੀ ਬੋਲਣੀ ਤਾਂ ਉਹਦਾ ਹਿੰਦੀ 'ਚ ਮੈਂ ਗੱਲ ਨਹੀਂ ਹੁੰਦੀ। ਨਹੀਂ ਹੁੰਦੀ, ਤੂੰ ਪੰਜਾਬੀ 'ਚ ਕਰ ਲਈ। ਤੂੰ ਤਾਂ ਲਾ ਨੰਬਰ ਨੰਬਰ ਬੈਂਕ 'ਚ। ਆਹੋ ਬੈਂਕ 'ਚ ਕਹੀ ਇਹਨੂੰ ਹਿੰਦੀ ਵਾਲਾ। ਪੰਜਾਬੀ ਹੈ ਵੀ, ਹੈਗਾ ਦਿੱਲੀ ਹੋਈ ਆ। ਚੁੱਕਣਾ ਨਹੀਂ ਤਾਂ ਪਹਿਲਾਂ ਬਣਾਉਂਦਾ ਪਿਆ ਕਰ। ਹੈਲੋ ਹੋਰ ਸੀਨ, ਕਿੱਥੋਂ ਬੋਲਦੇ ਭਾਅ ਜੀ? ਕੀ ਕਰਦੇ ਜੋ? ਤੁਹਾਡੀ ਨੌਕਰੀ ਨਿਕਲੀ ਭਾਅ ਜੀ? ਹੈਲੋ ਹੈਲੋ ਭਾਅ ਜੀ, ਤੁਹਾਡੀ ਨੌਕਰੀ ਨਿਕਲੀ? ਹਾਂਜੀ। ਨਹੀਂ ਭਾਅ ਜੀ ਤੁਸੀਂ ਪਾਈ ਨਹੀਂ ਨੈੱਟ 'ਤੇ? ਆਰਮੀ? ਆਰਮੀ ਦੀ ਨਹੀਂ। ਭਾਅ ਜੀ ਤੁਹਾਡਾ ਨੰਬਰ ਹੀ ਉੱਤੇ ਮਨਦੀਪ ਨਾਂ ਤੁਹਾਡਾ? ਅਮਨ? ਅਮਨ ਅਮਨ ਨਾਂ, ਅਮਨ ਜੋ ਨਾਂ। ਤੇ ਬਸ ਤੁਹਾਡੀ ਨਿਕਲੀ ਭਾਅ ਜੀ ਨੌਕਰੀ ਫਿਰ? ਭਾਅ ਜੀ ਪਈ ਸੀ ਨੈੱਟ 'ਤੇ ਤਾਂ ਮੈਂ ਤਾਂ ਹੀ ਤੁਹਾਨੂੰ ਫੋਨ ਲਾਇਆ। ਹੈਲੋ ਭਾਅ ਜੀ ਤੁਸੀਂ ਪਾਈ ਤਾਂ ਹੀ ਤੁਹਾਡਾ ਨੰਬਰ ਲਾਇਆ ਉੱਤੇ। ਤੇ ਨਹੀਂ ਭਾਅ ਜੀ, ਹਾਂਜੀ ਮੈਂ ਜਲੰਧਰੋਂ ਬੋਲਣ ਦਿਆਂ। ਭਾਅ ਜੀ ਨਾ ਨੈੱਟ 'ਤੇ ਪਈ ਤਾਂ ਮੈਂ ਵੇਖਿਆ ਤੁਹਾਡਾ ਨੰਬਰ ਤਾਂ ਤਾਂ ਕਰਕੇ। ਹਾਂਜੀ ਠੀਕ ਠੀਕ ਉਹ ਫਿਰ ਕਿਸੇ ਹੋਰ ਨੇ ਪਾਈ ਹੋਣੀ, ਉਹ ਤੁਹਾਡਾ ਨੰਬਰ ਦਿੱਤਾ ਜਾਂਦੇ ਹਰੇ। ਚਲੋ ਹਾਂਜੀ 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 ਠੀਕ ਠੀਕ ਮੈਂ ਤੁਸੀਂ ਲੈਣੀ ਤਾਂ ਵੇਖ ਲਓ। ਹੁਣ ਆਰਮੀ? ਹਾਂਜੀ ਬਾਰਾਂ। ਹਾਂ ਹਾਂ ਹਾਂਜੀ ਚੈੱਕ ਕਰਨੀ ਭਾਅ ਜੀ? ਨਹੀਂ ਹੋਈ, ਅਗਲੇ ਸਾਲ ਨੂੰ ਕਰ ਦਾਂਗੇ। ਹਾਂ ਤੇ ਤੁਸੀਂ ਇੱਥੇ ਵਟਸਐਪ 'ਤੇ ਪਰੂਫ ਆਪਣੇ ਸਾਰੇ ਘੱਲ ਦਿਓ, ਆਧਾਰ ਕਾਰਡ ਜੋ ਤੁਹਾਡੇ ਸਾਰੇ ਪਰੂਫ ਘੱਲ ਦਿਓ ਮੈਨੂੰ ਹੁਣੇ, ਦਸਵੀਂ ਦਾ ਵੀ ਘੱਲ ਦਿਓ, ਬਾਰਵੀਂ ਦਾ ਵੀ। ਹਾਂ ਹੁਣੇ ਘੱਲ ਦਿਓ। ਚਲੋ
ਇਹਨੇ ਕੀਤੀ ਰੀਜਨਲ ਗੱਲ ਹੈ ਇਹਨੇ ਰੀਜਨਲ ਗੱਲ ਕੀਤੀ ਪਤਾ ਇਹਨੂੰ ਵੀ ਨਹੀਂ ਲੱਗਾ ਕੌਣ ਹੈ ਹੁਣੇ ਆ ਲੈ ਵੜ ਸਾਹ ਤੇ ਡੀ ਸਾਰਾ ਕੋ ਚੱਲ ਲਾ ਦੂਜਾ ਤਾਂ ਵਾ ਇਹਨੂੰ ਕਹਿਣਾ ਇਹਦੀ ਨੌਕਰੀ ਨਿਕਲ ਗਈ ਨਹੀਂ ਇਹਨੂੰ ਕੁਛ ਹੋਰ ਕਹੀ ਨੌਕਰੀ ਦਵਾਉਂਦਾ ਮੈਂ ਆ ਜਾ ਨੌਕਰੀ ਵਾਲੇ ਬਾਬਾ ਜੀ ਮੈਂ ਕਹਿੰਦਾ ਭਾਜੀ ਤੁਹਾਡਾ ਵੀਜ਼ਾ ਆ ਗਿਆ ਬਾਹਰ ਦਾ ਆਹੋ ਆਹੋ आप बंदे तगड़े बड़े बोलने ताड़ी नौकरी निकली ਤੁਹਾਡੀ ਨੌਕਰੀ ਬੈਂਕ ਉੱਤੇ ਦੂਜਾ ਮਾੜਾ ਪੰਪ ਤੇ ਚੜਾਕ ਹਾਂ ਤੁਹਾਡੀ ਨਿਕਲੀ ਫਿਰ ਨੌਕਰੀ ਭਾਜੀ ਮੈਂ ਨੈਟ 'ਤੇ ਵੇਖੀ ਹਾਂ ਨਹੀਂ ਨਹੀਂ ਭਾਜੀ ਨੈਟ 'ਤੇ ਪਈ ਤੁਹਾਡੀ ਫੋਟੋ ਮੈਂ ਵੇਖੀ ਉੱਥੇ ਤੁਹਾਡਾ ਨੰਬਰ ਹੀ ਤੁਹਾਡਾ ਨੰਬਰ ਹੀ ਨੈਟ 'ਤੇ ਵੇਖਿਆ ਸੀ ਨੈਟ 'ਤੇ ਪਿਆ ਗੂਗਲ 'ਤੇ ਭਰਾ ਪਈ ਤਾਂ ਹੀ ਤੈਨੂੰ ਫੋਨ ਕੀਤਾ ਹੈਲੋ ਅਬੇ ਜੱਸੀ ਬੋਲ ਰਹਾ ਹੂੰ ਕੁੱਤੇ ਅਬੇ ਅਬੇ ਵਲੌਗ ਬਣ ਰਿਹਾ ਪ੍ਰੈਂਕ ਵਾਲਾ ਚਲ ਓਕੇ ਬਾਏ ਸੁਣ ਤੇ ਉਹਨੇ ਲਿਆ ਹੀ ਹੋਣਾ ਵਾ ਹੋਰ ਜਾਣ ਕੇ ਹੋਲਡ ਕੀਤਾ ਹੋਰ ਹੋਰ ਦਵਾਂ ਇਹਦੀ ਨੌਕਰੀ ਪਹਿਲਾਂ ਸੋਚ ਲਾ ਦੱਸੋ ਚੌਥਾ ਨੰਬਰ ਲੱਗਾ ਲੱਗਣ ਫੜ ਕਿਹੜਾ ਤੱਕ ਨੌਕਰੀ ਕਿਹੜੀ ਇਹ ਦੱਸ ਦੋ ਨੌਕਰੀ ਇਹਨੂੰ ਕਹੀਂ ਟੀਚਰ ਦੀ ਮਿਲੀ ਤੁਹਾਨੂੰ ਸਕੂਲੇ ਨਰਸ ਕਿੰਨੀ ਪੜਿਆ ਸਾਲਾ ਸਕੂਲੇ ਨਰਸ ਹੁੰਦੀ ਹੈ ਕਿੰਨੀ ਪੜਿਆ ਮੈਡਮ ਉਹ ਮੈਡਮ ਨਹੀਂ ਸਰ ਆ ਮੁੰਡਾ ਹੀ ਹੈਲੋ ਕਿੱਥੋਂ ਬੋਲਦੇ ਭਾਅ ਜੀ ਹੈਲੋ ਕਿੱਥੋਂ ਬੋਲਦੇ ਹਾਂਜੀ ਤੁਹਾਡੀ ਨੌਕਰੀ ਨਿਕਲੀ ਨੌਕਰੀ ਹਾਂਜੀ ਬੈਂਕ 'ਚ ਉਹਦੀ ਦੂਜੀ ਸਕਿਉਰਟੀ ਗਾਰਡ ਦੀ ਹਾਂਜੀ ਅੰਮ੍ਰਿਤਸਰੋਂ ਉਹ ਫਤਿਹਗੜ੍ਹੋਂ ਨਹੀਂ ਫਤਿਹਗੜ੍ਹੋਂ ਨਹੀਂ ਬੋਲਦੇ ਤੇ ਤੁਸੀਂ ਤਾਂ ਅੰਮ੍ਰਿਤਸਰ ਕਹਿੰਦੇ ਜੀ ਹਾਂ ਤਾਂ ਨੌਕਰੀ ਨਿਕਲੀ ਤੁਹਾਡੀ ਹਾਂਜੀ ਸਕਿਉਰਟੀ ਗਾਰਡ ਆਊਂ ਉੱਥੇ ਬੈਂਕ 'ਚ ਨਿਕਲੀ ਡੇਰਾ ਬਾਬਾ ਨਾਨਕ ਹਾਂਜੀ ਭਾਅ ਜੀ ਨੈੱਟ 'ਤੇ ਭਰੀ ਤੁਹਾਡਾ ਨੰਬਰ ਹੀ ਮੈਂ ਤਾਂ ਤੁਹਾਨੂੰ ਫੋਨ ਲਾਤਾ ਹਾਂਜੀ ਅਤੇ ਕੀ ਕਰਨਾ ਜੀ ਕਰਨੀ ਆ ਤਾਂ ਨਹੀਂ ਕਰਨੀ ਓਕੇ ਇਹ ਲੱਗਦਾ ਪਹਿਲਾਂ ਹੀ ਬੜਾ ਸਹਿਮਿਆ ਪਹਿਲਾਂ ਬੈਕ ਕਾਲ ਕਰਦਾ ਤੁਹਾਨੂੰ ਜਾ ਤਾਂ ਇਹ ਸੜਿਆ ਕਰਨਾ ਇਹ ਹੈਗਾ ਜੀ ਥੋੜ੍ਹਾ ਬੰਦਾ ਹੈਗਾ ਇੱਦਾਂ ਦਾ ਆਹੋ ਇਹਨੇ ਨਹੀਂ ਕਰਨਾ ਫਿਰ ਇਹਨੇ ਨਹੀਂ ਕਰਨਾ ਬੋਲਦਾ ਕਿੱਥੋਂ ਹੈ ਕੋਨੇ ਵਾਲੋਂ ਹੈਲੋ ਹੈਲੋ ਵੀਰ ਜੀ ਕੋਨੇ ਵਾਲਾ ਬੋਲਦੇ ਗੁਰਪ੍ਰੀਤ ਨਾਮ ਭਾਅ ਜੀ ਆਪਣਾ ਵੀਰ ਤੁਹਾਡੀ ਉਹ ਨਿਕਲੀ ਸੀ ਨੌਕਰੀ ਆਰਮੀ ਦੀ ਹਾਂਜੀ ਅਤੇ ਫਾਰਮ ਭਰੇ ਹੋਣੇ ਤੁਸੀਂ ਅਤੇ ਉਹ ਤੁਹਾਡੀ ਨਿਕਲੀ ਜੇ ਫਿਰ ਹੈਲੋ ਵੀਰ ਜੀ ਮੈਂ ਕਿਹਾ ਜੁਲਾਈ ਦੇ ਵਿੱਚ ਤੁਹਾਡੀ ਦੌੜ ਦਾੜ ਦਾ ਉਹ ਆਇਆ ਜੇ ਮੈਂ ਤੁਹਾਨੂੰ ਵਟਸਐਪ 'ਤੇ ਸੈਂਡ ਕਰਦਾ ਉਹ ਮੈਂ ਫਿਰ ਕਰ ਦੇਣਾ ਨੌਕਰੀ ਤੁਹਾਡੀ ਨਿਕਲ ਆਈ ਜੇ ਉੱਦਾਂ ਚਲੋ ਠੀਕ ਭਲਾ ਕਿੰਨੀ ਵਾਰੀ ਟਰਾਈ ਕਰਨੇ ਆਪਾਂ ਸਾਲ ਬੂਥਾ ਲੱਗ ਰਿਹਾ ਸੱਤਵੀਂ ਹੋ ਗਿਆ
ਬੈਲ ਨਹੀਂ ਜਾਣੀ ਲੱਗਦਾ ਚੱਲ ਗਈ ਚੱਲ ਗਈ ਹੈਲੋ ਹੈਲੋ ਸੋਨੂ ਵੀਰ ਬੋਲਦੇ ਵੀਰ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਖਤਮ ਹੋ ਗਈ ਹੈ ਕਰਾ ਲਈ ਹੈ ਉਹ ਮੈਨੂੰ ਪਿੱਛੋਂ ਨਾ ਦੇ ਸੀ ਜ਼ੋਰ ਜਿਹਾ ਪਾਉਂਦਾ ਮੈਂ ਕਰ ਫੋਨ ਕਰਕੇ ਪੁੱਛ ਲਈਏ ਅਸੀਂ ਇੱਥੋਂ ਦਿੱਲੀਓਂ ਤੇ ਬੋਲਣ ਹੋਸ ਖਾਸ ਹਾਂਜੀ ਹਾਂਜੀ ਚਲੋ ਓਕੇ ਕਰਵਾ ਲਈ ਤਾਂ ਠੀਕ ਹੈ ਵਧੀਆ ਓਕੇ ਸਰ ਜਿਹਨੂੰ ਉਹਨੇ ਫੋਨ ਲਾਇਆ ਨਾ ਇੰਸ਼ੋਰੈਂਸ ਵਾਲੇ ਨੂੰ ਘੱਟੋ ਘੱਟ ਤੇਰੇ ਡੈਡੀ ਦਾ ਮਰਦਾ ਹੋਣਾ ਜੀ ਆਈਡੀਆ ਵੱਡਾ 35 ਸਾਲ ਹੋਣੀ ਹੈ ਘਰੋਂ ਬੋਲਦੇ ਜੋ ਠੀਕ ਆ ਜੀ ਤੁਹਾਡੀ ਨੌਕਰੀ ਨਿਕਲੀ ਹੈਲੋ ਮੈਂ ਨੌਕਰੀ ਨਿਕਲੀ ਤੁਹਾਡੀ ਹਾਂਜੀ ਹੈਲੋ ਮੈਨੂੰ ਹੁਣ ਕੀ ਪਤਾ ਇਹਨੇ ਫੜਾ ਦੇਣਾ ਭਾਜੀ ਕਈ ਵੀ ਤੁਹਾਡਾ ਅਸੀਂ ਕਾਲਜ ਚੋਂ ਨੰਬਰ ਕੱਢਿਆ ਤੁਸੀਂ ਇੰਜੀਨੀਅਰਿੰਗ ਦਾ ਕੋਰਸ ਕਰਦੇ ਜੀ ਸਾਡੇ ਉੱਥੇ ਨੌਕਰੀ ਹੈਗੀ ਆ ਕੰਪਨੀ 'ਚ ਤੁਸੀਂ ਕਰਨਾ ਚਾਹੁੰਦੇ ਜੇ ਫਿਰ ਕੰਪਨੀ ਕਿਹੜੀ ਹੈ ਤਾਂ ਕਹਿ ਦੀ ਕੋਈ ਕੰਪਨੀ ਦਾ ਨਾਂ ਲੈ ਲਈ ਮੋਬਾਈਲਾਂ ਦੀ ਕੋਈ ਕੰਪਨੀ ਲਾਵਾ ਬਟਾਲੇ ਬੋਲਦਾ ਹੈਲੋ ਹੈਲੋ ਵੀਰ ਸਤਕੋਆ ਪਿੰਡ ਤੋਂ ਬੋਲਦੇ ਗਗਨ ਵੀਰ ਤੁਹਾਡੇ ਨਾ ਕਾਲਜ ਚੋਂ ਅਸੀਂ ਨੰਬਰ ਕੱਢਿਆ ਵਾ ਤੇ ਤੁਹਾਡੀ ਨੌਕਰੀ ਨਿਕਲੀ ਇੰਜੀਨੀਅਰਿੰਗ ਦੀ ਤੇ ਮਤਲਬ ਕਿ ਡੇਟ ਪਾਈ ਉਹਨਾਂ ਨੇ ਅਗਲੇ ਮਹੀਨੇ ਦੀ ਹਾਂਜੀ ਹਾਂਜੀ ਤੇ ਮਤਲਬ ਕਰਨਾ ਚਾਹੁੰਦੇ ਨੌਕਰੀ ਤੁਹਾਡੀ ਅਗਲੇ ਮਹੀਨੇ ਦੀ ਡੇਟ ਪਾਈ ਆ ਤੇ ਇੰਟਰਵਿਊ ਤੁਹਾਡਾ ਅਗਲੇ ਮਹੀਨੇ 10 ਤਰੀਕ ਨੂੰ ਅੰਮ੍ਰਿਤਸਰ ਹਾਂਜੀ ਹਾਂਜੀ ਜੇ ਤੁਸੀਂ ਕਰਨਾ ਚਾਹੁੰਦਾ ਅਸੀਂ ਤੁਹਾਨੂੰ ਐਡਰੈਸ ਵਗੈਰਾ ਸੈਂਡ ਕਰ ਦਿੰਦੇ ਹਾਂ ਅਤੇ ਮਤਲਬ ਮੋਬਾਈਲ ਵਗੈਰਾ ਰਿਪੇਅਰ ਕਰਨ ਦਾ ਤੁਹਾਨੂੰ ਉੱਥੇ ਉਹਨਾਂ ਨੇ ਦੱਸਣਾ ਅਤੇ ਸਾਲ ਤੁਹਾਨੂੰ ਉੱਥੇ ਲਾਉਣਾ ਪੈਣਾ ਵਾ ਜਿੱਥੇ ਵੀ ਕਹਿਣਗੇ ਤੁਹਾਨੂੰ ਜਾਣਾ ਪੈਣਾ ਉੱਥੇ ਸਿੱਖਣ ਵਾਸਤੇ ਅਤੇ ਤੁਸੀਂ ਕੋਰਸ ਕਿਹੜਾ ਕਰਨ ਦੇ ਭਲਾ ਅੱਛਾ ਅੱਛਾ ਤੇ ਚਲੋ ਕੋਈ ਨਹੀਂ ਮੈਂ ਫਿਰ ਤੁਹਾਨੂੰ ਕਰਨਾ ਤੇ ਮੈਂ ਤੁਹਾਨੂੰ ਕਰ ਦੇਣਾ ਵਟਸਐਪ 'ਤੇ ਸੈਂਡ ਹਾਂਜੀ ਪੁੱਛ ਕੇ ਫਿਰ ਮੈਨੂੰ ਕੋਲ ਬੈਕ ਕਰ ਦਿਓ ਹਾਂਜੀ ਓਕੇ ਵੀਰ ਜੀ ਹਾਂ ਚੱਲ ਲਾ ਹੁਣ ਕਿਹੜਾ ਲਾਉਣਾ ਇਹ ਕੰਮ ਥੋੜ੍ਹਾ ਹੌਲਾ ਸੀਗਾ ਵੈਸੇ ਮੰਨ ਗਿਆ ਛੇਤੀ ਅਸੀਂ ਕਹਿ ਦਿੰਦੇ ਨਾ ਵਟਸਐਪ 'ਤੇ ਸੈਂਡ ਕਰ ਦਿਓ ਬੰਦਾ ਉਸ ਵੇਲੇ ਮੰਨ ਜਾਣਾ ਕਰ ਦਿਓ ਗੱਲ ਛੇਤੀ ਖਤਮ ਹੋ ਜਾਂਦੀ ਹੈ ਵਟਸਐਪ 'ਤੇ ਗੱਲ ਆ ਜਾਂਦੀ ਨਾ ਚੱਲ ਲੈਣਾ ਹੁਣ ਤੂੰ ਫੋਨ ਲਾਇਆ ਵਾ ਚੱਲ ਪਤਾ ਨਹੀਂ ਲੱਗਾ ਉਦੋਂ ਹੁਣ ਇਹਦੇ ਵਾਲੇ ਕਰਦੇ ਆ ਫੋਨ ਲਾਇਆ ਉਹਨੇ ਉਹ ਇੰਜੀਨੀਅਰਿੰਗ ਨੂੰ ਹੈਲੋ ਵਧਾਈ ਹੋਏ ਵਧਾਈਆਂ ਹੋਣ ਤੈਨੂੰ ਤੇਰੀ ਨੌਕਰੀ ਨਿਕਲੀ ਆ ਹੈ ਮੈਨੂੰ ਭਰਾ ਮੈਨੂੰ ਵੀ ਫੋਨ ਆਇਆ ਸੀ ਆਹੋ ਉਹ ਆਂਦੇ ਅਸੀਂ ਸਾਰੇ ਸਟੂਡੈਂਟਾਂ ਨੂੰ ਡਏ ਹਾਂ ਕਰਨ ਆਹੋ ਤੈਨੂੰ ਕਿਹੜੀ ਆਂਦੇ ਤੈਨੂੰ ਕੀ ਆਂਦੇ ਸੀ ਮੈਨੂੰ ਮੋਬਾਈਲ ਰਿਪੇਅਰ ਦਾ ਆਂਦੇ ਸੀ ਜਾਣਾ ਤੂੰ
ਇਹ ਬੰਦਾ ਜ਼ਿਆਦਾ ਦਿਲ ਤੇ ਲੈ ਗਿਆ ਗੱਲ ਗੱਲ ਤੇ ਜਾ ਇਹਨੇ ਘਰਦਿਆਂ ਨੂੰ ਕਹਿ ਦਈਏ ਐਵੇਂ ਨਾ ਘਰਦਿਆਂ ਨੂੰ ਡੈ ਬਣਾ ਇਹਨੇ ਇਹ ਮੈਂ ਆਖੇ ਇਹ ਮੈਂ ਆਖੇ ਹੁਣ ਮੈਂ ਨੌਕਰੀ ਚੱਲਾ ਘਰ ਦੇ ਕਾਲਜ ਪਹੁੰਚੇ ਹੁਣ ਨਹੀਂ ਕਹਿ ਦਿੰਦੇ ਯਾਰ ਬੰਦਾ ਤੂੰ ਸੱਚੀ ਸਮਝ ਗਿਆ ਹਾਂ ਤੂੰ ਸੱਚੀ ਸਮਝ ਗਿਆ ਵੀ ਨੌਕਰੀ ਮਿਲ ਗਈ ਆ ਕਹੀ ਵੀ ਨਾ ਕਹੀ ਵੀ ਨਾ ਤੇਰਾ ਵਲੋਗ ਆਉਣਾ ਸੀ ਦੋ ਤਿੰਨ ਦਿਨਾਂ ਨੂੰ ਵਲੋਗ ਚ ਵੇਖਣੀ ਆਪਣੀ ਰਿਕਾਰਡਿੰਗ ਮੈਂ ਵਲੋਗ ਬਣਾਉਣੇ ਸ਼ੁਰੂ ਕਰਤੇ ਮੇਰਾ ਚੈਨਲ ਹੀਗਾ ਆਹੋ ਤੇ ਮੈਂ ਆਖਿਆ ਜੇ ਵਲੋਗ ਬਣਾਉਣੇ ਸ਼ੁਰੂ ਕਰੀਏ ਤੇ ਪਹਿਲਾ ਨੰਬਰ ਹੀ ਤੇਰਾ ਆਇਆ ਮੈਂ ਮੁੰਡੇ ਨੂੰ ਫੜਾਤਾ ਮੈਂ ਇਹਨੂੰ ਫੋਨ ਲਾ ਮੈਂ ਇਹਨੂੰ ਕਹੀ ਤੂੰ ਇੰਜੀਨੀਅਰਿੰਗ ਕੰਡ ਹੈ ਇੱਦਾਂ ਤੇਰੀ ਨੌਕਰੀ ਮਿਲੀ ਤੂੰ ਤੇ ਮੈਂ ਉਹਦੀ ਆਖਿਆ ਇਹ ਸੀਰੀਅਸ ਲੈ ਗਿਆ ਬੰਦਾ ਇਹਨੂੰ ਫੋਨ ਕਰਕੇ ਦੱਸਦੀ ਹੈ ਤੂੰ ਲੱਡੂ ਲੈਣ ਗਿਆ ਹਾਂ ਹੱਥੋਂ ਨਿਕਲ ਗਈ ਹੁੰਦੇ ਮਾਤਾ ਨੂੰ ਕਹਿ ਉਹ ਨਹੀਂ ਮਾਤਾ ਨੂੰ ਕਹਿ ਸਾਡਾ 10 ਸਾਲ ਨੀ ਕੁਝ ਬਣਿਆ ਹੁਣ ਕੀ ਬਹਾਨਾ ਗੱਲਾਂ ਬੜੀਆਂ ਮਾਰੀਆਂ ਨੇ ਚੱਲ ਕੋਈ ਨੀ ਪਰ ਜਿਹੜੇ ਛੇਤੀ ਫੋਨ ਕੱਢਦੇ ਉਹਨਾਂ ਨੇ ਪਾਇਆ ਨੀ ਵਿੱਚ ਵਲੋਗ ਸੋ ਚਲੋ ਵਲੋਗ ਨੂੰ ਕਰਦੇ ਐਂਡ ਵਲੋਗ ਦੇ ਵਿੱਚ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਾ ਦੰਦ ਕੱਢ ਦਿਓ ਤੁਹਾਡੀਆਂ ਵੀ ਅਗਲੀਆਂ ਆਓ ਜਿਹੜਾ ਅੱਖਾਂ ਦਾ ਪਾਣੀ ਨਿਕਲਦਾ ਉਹ ਇਮੋਜੀ ਸੈਂਡ ਕਰ ਦਿਓ ਹੱਸਣ ਵਾਲਾ ਤੇ ਚਲੋ ਗਾਇਜ਼ ਮਿਲਦੇ ਜਲਦੀ ਨੈਕਸਟ ਟਿਲ ਦੈਨ ਟੇਕ ਕੇਅਰ ਬਾਏ ਤੇ ਕਮੈਂਟ ਕਰ ਦਿਓ।